ਸਕਾਈਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਲੀਵਾਲ। ਪੰਜਾਬ ਦੀ ਝਾਕੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਬੀਜੇਪੀ ਆਮੋ ਸਾਹਮਣੇ ਅਤੇ ਹੁਣ ਬੀਜੇਪੀ ਆਗੂ ਮਨਜਿੰਦਰ ਸਿਰਸਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਤੰਜ ਕੱਸਦੇ ਹੋਏ ਕੀ ਕੁਛ ਕਹਿੰਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ। ਜਿਹੜੇ ਭਗਵੰਤ ਮਾਨ ਜੀ ਕਦੀ ਖੜਕਲ ਕਲਾਂ ਜਾ ਕੇ ਸ਼ਹੀਦਾਂ ਦੀਆਂ ਸਹੁੰਾਂ ਚੁੱਕਦੇ ਸੀ, ਅੱਜ ਉਹ ਸ਼ਹੀਦਾਂ ਨੂੰ ਭੁੱਲ ਗਏ, ਮਾਈ ਭਾਗੋ ਜੀ ਨੂੰ ਵੀ ਭੁੱਲ ਗਏ, ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਅਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੇ। ਗੁਲਾਮੀ ਦੇ ਜੰਜੀਰਾਂ 'ਚ ਵਾਪਸ ਬੰਨ ਕੇ ਲੈ ਆਉਂਦਾ ਪੰਜਾਬ ਨੂੰ, ਇੰਨੀਆਂ ਲੜਾਈਆਂ ਲੜ ਕੇ ਪੰਜਾਬ ਆਜ਼ਾਦ ਹੋਇਆ ਸੀ, ਦੇਸ਼ ਆਜ਼ਾਦ ਹੋਇਆ ਸੀ। ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਦੀਆਂ ਗੁਲਾਮੀ ਦੀਆਂ ਜੰਜੀਰਾਂ ਦੇ ਅੰਦਰ ਪੰਜਾਬ ਨੂੰ ਬੰਨ ਕੇ ਲਿਆਤਾ। ਦੱਸੋ ਤੁਸੀਂ ਕਦੀ ਸੋਚਿਆ ਸੀ ਇੱਕ ਮੁੱਖ ਮੰਤਰੀ ਕਹੂਗਾ ਕਿ ਮਾਈ ਭਾਗੋ ਜੀ ਦੀ ਫੋਟੋ ਲੱਗੇ ਨਾ ਲੱਗੇ, ਸ਼ਹੀਦਾਂ ਦੀ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੇ ਨਾ ਲੱਗੇ, ਪਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਦੀ ਫੋਟੋ ਝਾਂਕੀ ਤਾਂ ਜ਼ਰੂਰ ਲੱਗਣੀ ਚਾਹੀਦੀ ਹੈ। ਜੇ ਨਹੀਂ ਝਾਂਕੀ ਤਾਂ ਲੱਗੂਗੀ, ਅਸੀਂ ਪੰਜਾਬ ਦੀ ਝਾਂਕੀ ਨਹੀਂ ਭੇਜਾਂਗੇ ਦਿੱਲੀ। ਇਹ ਹਾਲਾਤ ਨੇ, ਪਰਸੋਂ ਝੂਠ ਬੋਲ ਬੋਲ ਕੇ ਬੇਈਮਾਨੀ ਕਰਕੇ ਅਤੇ ਪੰਥ ਦੇ ਨਾਮ 'ਤੇ, ਸਿੱਖੀ ਦੇ ਨਾਮ 'ਤੇ, ਦੇਸ਼ ਭਗਤਾਂ ਦੇ ਨਾਮ 'ਤੇ, ਮਾਈ ਭਾਗੋ ਦੇ ਨਾਮ ਦੇ ਉੱਤੇ ਭਗਵੰਤ ਮਾਨ ਜੀਆਂ ਝੂਠੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ। ਹੁਣ ਸੱਚ ਸਾਹਮਣੇ ਆ ਗਿਆ, ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿਉਂਕਿ ਪਤਾ ਸੀ ਸੱਚ ਸਾਹਮਣੇ ਆਉਣਾ ਹੈ ਅਤੇ ਫੜੇ ਜਾਣਾ ਹੈ। ਅੱਜ ਭਗਵੰਤ ਮਾਨ ਜੀ ਪੂਰਾ ਦੇਸ਼ ਤੁਹਾਡੇ ਤੋਂ ਸਾਫ ਪੁੱਛਦਾ ਹੈ, ਇਹ ਸਿੱਖ ਪੰਥ ਤੁਹਾਡੇ ਤੋਂ ਪੁੱਛਦਾ ਹੈ ਕਿਸ ਕਰਕੇ ਤੁਸੀਂ ਪੰਜਾਬ ਦੇ ਅੰਦਰ ਆਪਣੀ ਝਾਂਕੀ ਔਰ ਅਰਵਿੰਦ ਕੇਜਰੀਵਾਲ ਦੀ ਝਾਂਕੀ 'ਤੇ ਫੋਟੋ ਲਾਉਣਾ ਚਾਹੁੰਦੇ ਜੇ, ਕਿਉਂ ਤੁਸੀਂ ਮਾਈ ਭਾਗੋ ਦੀ ਫੋਟੋ ਹਟਾਉਣਾ ਚਾਹੁੰਦੇ ਜੇ, ਕਿਉਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਚਾਹੁੰਦੇ ਜੇ, ਤੁਹਾਨੂੰ ਜ਼ਰੂਰ ਆਉਣ ਵੇਲੇ ਸਮੇਂ 'ਚ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ। ਸਰ, ਜਿੱਥੇ ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਉੱਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੀ ਤਿੱਖੀ ਟਿੱਪਣੀ ਕਰਦੇ ਹੋਏ ਨਜ਼ਰ ਆਏ ਨੇ। ਸਰ, ਮੇਰੇ 'ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।